ਪੰਜਾਬ ਸਰਕਾਰ ਕੀ ਕਰ ਰਹੀ ਹੈ ਮੈਨੂੰ ਇਹਦਾ ਕੋਈ ਪਤਾ ਨਹੀਂ। ਨਾ ਸਾਨੂੰ ਕਿਸੇ ਨੇ ਪੁੱਛਿਆ ਕਦੀ ਵੀ ਅਸੀਂ ਆਹ ਕਰਨਾ, ਤੁਸੀਂ ਸਾਨੂੰ ਕੋਈ ਸਲਾਹ ਦਿਓ। ਬੀਬੀ ਜਗੀਰ ਕੌਰ ਜੀ ਬੜੇ ਸਿਆਣੇ ਤੇ ਸੁਲਝੇ ਹੋਏ ਲੀਡਰ ਆ ਸਾਡੇ ਜ਼ਿਲ੍ਹੇ ਦੇ, ਉਹਨਾਂ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਸਾਡਾ ਜਿੰਨਾ ਕੰਪਲੈਕਸ ਹੈ ਉਹਦੇ ਵਿੱਚ ਅਸੀਂ ਕਿਸੇ ਕਿਸਮ ਦੀ ਦਖਲਅੰਦਾਜ਼ੀ ਸਰਕਾਰ ਦੀ ਬਰਦਾਸ਼ਤ ਨਹੀਂ ਕਰਾਂਗੇ। ਇਹਨਾਂ ਦੀ ਵਿੱਚੋਂ ਰਿਪੋਰਟ ਆਉਂਦੀ ਹੈ ਵੀ ਇਹ ਅੱਗੇ ਇਲਾਕੇ ਇਸ ਤੋਂ ਬਾਅਦ ਐਸ ਜੀ ਪੀ ਸੀ ਦੀ ਪ੍ਰਧਾਨਗੀ ਬੀਬੀ ਜਗੀਰ ਕੌਰ ਜੀ ਜਿਹੜੀ ਆ ਉਹ ਬਾਦਲਪੁਰਾ ਨੇ ਦੇਣੀ ਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਰੋਹਾਂ ਨੂੰ ਲੈ ਕੇ ਵੱਖ ਵੱਖ ਸਟੇਜਾਂ ਦਾ ਐਲਾਨ ਹੋ ਗਿਆ, ਜਿਸ ਤੋਂ ਬਾਅਦ ਬਿਆਨਬਾਜ਼ੀਆਂ ਵੀ ਸ਼ੁਰੂ ਹੋ ਗਈਆਂ ਨੇ, ਜਿੱਥੇ ਇੱਕ ਪਾਸੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਐਸ ਜੀ ਪੀ ਸੀ ਅਕਾਲੀ ਦਲ ਅਤੇ ਸਰਕਾਰ ਨੂੰ ਇਸ ਮਾਮਲੇ ਤੇ ਬਿਆਨਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ, ਉੱਥੇ ਦੂਜੇ ਪਾਸੇ ਸਿਆਸੀ ਪਲਟਵਾਰ ਹੋਰ ਵੀ ਵੱਧ ਗਏ, ਜਿਸ ਦਾ ਪਰਿਣਾਮ ਇਹ ਹੈ ਕਿ ਦੋਨਾਂ ਪੱਖਾਂ ਦੇ ਵੱਲੋਂ ਇੱਕ ਦੂਜੇ ਉੱਤੇ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ। ਇਸ ਮੁੱਦੇ ਨੂੰ ਲੈ ਕੇ ਜਿੱਥੇ ਸਭ ਤੋਂ ਪਹਿਲਾਂ ਬੀਬੀ ਜਗੀਰ ਕੌਰ ਅਕਾਲੀ ਨੇਤਾ ਅਤੇ ਸਾਬਕਾ ਪ੍ਰਧਾਨ ਐਸ ਜੀ ਪੀ ਸੀ ਨੇ ਇਹ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਲਗਾਈ ਜਾ ਰਹੀ ਸਟੇਜ ਨਿਰੋਲ ਧਾਰਮਿਕ ਹੋਵੇਗੀ। ਉੱਥੇ ਉਹਨਾਂ ਨੇ ਤੰਜ ਕੱਸਿਆ ਸੀ ਕਿ ਕਾਂਗਰਸ ਦੀ ਸਰਕਾਰ ਦੀ ਸਟੇਜ ਸਿਆਸੀ ਹੈ। ਹੁਣ ਤੁਹਾਨੂੰ ਦੱਸ ਦਈਏ ਕਿ ਇਸ ਤੇ ਪਲਟਵਾਰ ਕਰਦੇ ਹੋਏ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਬੀਬੀ ਨੂੰ ਇੱਕ ਸੂਝਵਾਨ ਨੇਤਾ ਦੱਸਿਆ ਹੈ ਅਤੇ ਕਿਹਾ ਕਿ ਜਿਹੜੀ ਸਟੇਜ ਉਹ ਲਗਾਉਣ ਜਾ ਰਹੇ ਨੇ ਕੀ ਗੱਲ ਉੱਥੇ ਅਕਾਲੀ ਦਲ ਦਾ ਕੋਈ ਵੀ ਨੇਤਾ ਹਾਜ਼ਰ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਸਾਰਾ ਕੁਝ ਅਕਾਲੀ ਦਲ ਦੇ ਇਸ਼ਾਰੇ ਤੇ ਕਰ ਰਹੀ ਹੈ, ਕਿਉਂਕਿ ਬੀਬੀ ਐਸ ਜੀ ਪੀ ਸੀ ਦੀ ਪ੍ਰਧਾਨਗੀ ਤੇ ਦੁਬਾਰਾ ਕਾਬਜ਼ ਹੋਣਾ ਚਾਹੁੰਦੀ ਹੈ, ਜਿਸ ਕਰਕੇ ਉਹ ਬਾਦਲ ਪਰਿਵਾਰ ਦੇ ਇਸ ਸਿਆਸੀ ਫਾਇਦੇ ਦੇ ਲਈ ਮੋਹਰੀ ਬਣ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ। ਦੇਖੋ ਪੰਜਾਬ ਸਰਕਾਰ ਕੀ ਕਰ ਰਹੀ ਹੈ ਮੈਨੂੰ ਇਹਦਾ ਕੋਈ ਪਤਾ ਨਹੀਂ। ਨਾ ਸਾਨੂੰ ਕਿਸੇ ਨੇ ਪੁੱਛਿਆ ਕਦੀ ਵੀ ਅਸੀਂ ਆਹ ਕਰਨਾ, ਤੁਸੀਂ ਸਾਨੂੰ ਕੋਈ ਸਲਾਹ ਦਿਓ, ਕਿਉਂਕਿ ਸਾਡਾ ਕੰਮ ਨਹੀਂ। ਸਰਕਾਰ ਆਪਣੇ ਕਾਰਜ ਕਰੇ, ਡਿਵੈਲਪਮੈਂਟ ਦੇ ਕਾਰਜ ਕਰੇ, ਲੋਕਾਂ ਨੂੰ ਪਾਣੀ, ਲਾਈਟਸ, ਸੀਵਰੇਜ ਜਾਂ ਟ੍ਰੈਫਿਕ ਰੂਲ, ਟ੍ਰੈਫਿਕ ਸਿਕਿਉਰਿਟੀ, ਲਾਅ ਐਂਡ ਆਰਡਰ ਅਤੇ ਇਨਫਰਾਸਟ੍ਰਕਚਰ ਡਿਵੈਲਪ ਜਿਹੜਾ ਕਰਨਾ ਹੈ ਉਹ ਸਰਕਾਰ ਕਰੇ, ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰਦੇ। ਪਰ ਇੱਕ ਗੱਲ ਇਹ ਵੀ ਹੈ ਕਿ ਜੇ ਸਾਡੇ ਧਾਰਮਿਕ ਮਸਲਿਆਂ ਵਿੱਚ ਜਾਂ ਸਾਡੀ ਧਾਰਮਿਕ ਸਟੇਜ ਵਿੱਚ ਜਾਂ ਸਾਡੇ ਕੰਪਲੈਕਸ ਵਿੱਚ ਘੱਟੋ ਘੱਟ ਜਿਹੜਾ ਇਸ ਸਮਾਗਮ ਦੇ ਜਿਹੜੇ ਸਮਾਗਮ ਸਾਡਾ ਉਹਦੇ ਸਾਹਮਣੇ ਸਾਡਾ ਜਿੰਨਾ ਕੰਪਲੈਕਸ ਹੈ ਉਹਦੇ ਵਿੱਚ ਅਸੀਂ ਕਿਸੇ ਕਿਸਮ ਦੀ ਦਖਲਅੰਦਾਜ਼ੀ ਸਰਕਾਰ ਦੀ ਬਰਦਾਸ਼ਤ ਨਹੀਂ ਕਰਾਂਗੇ। ਆਪੇ ਪ੍ਰਬੰਧ ਕਰਾਂਗੇ, ਸੰਗਤਾਂ ਕਿੱਧਰ ਨੂੰ ਜਾਣੀਆਂ, ਸੰਗਤਾਂ ਨੇ ਕਿੱਧਰੋਂ ਦੀ ਬਾਹਰ ਨਿਕਲਣਾ, ਸੰਗਤਾਂ ਦੀ ਸਹੂਲਤ ਕੀ ਹੈ, ਉਹ ਸਾਡੇ ਸਾਰੇ ਪ੍ਰਬੰਧ ਹੈ। ਦੇਖੋ ਬੀਬੀ ਜਗੀਰ ਕੌਰ ਜੀ ਬੜੇ ਸਿਆਣੇ ਤੇ ਸੁਲਝੇ ਹੋਏ ਲੀਡਰ ਆ ਸਾਡੇ ਜ਼ਿਲ੍ਹੇ ਦੇ, ਉਹਨਾਂ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਵੀ ਉਹ ਇਸ ਚੀਜ਼ ਦੀ ਗੱਲ ਕਹਿਣ ਵੀ ਪੰਜਾਬ ਸਰਕਾਰ ਦੀ ਜਿਹੜੀ ਸਟੇਜ ਲੱਗ ਰਹੀ ਆ ਉਹ ਜਿਹੜੀ ਆ ਸਿਆਸੀ ਸਟੇਜ ਹੋਊਗੀ, ਸਿਆਸਤ ਤੋਂ ਪ੍ਰੇਰਿਤ। ਇਹ ਬੀਬੀ ਜਗੀਰ ਕੌਰ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਸਭ ਤੋਂ ਅੱਜ ਤੋਂ 2 ਮਹੀਨੇ ਪਹਿਲਾਂ ਬਿਲਕੁਲ ਠੀਕ ਚੱਲ ਰਿਹਾ ਸੀ, ਇੱਕ ਸਟੇਜ ਲੱਗ ਰਹੀ ਸੀ, ਪੰਡਾਲ ਲੱਗ ਰਿਹਾ ਸੀ, ਉਹਦੇ ਵਿੱਚ ਇਹ ਸਾਰੇ ਨੂੰ ਸਾਡੇ ਐਸ ਜੀ ਪੀ ਸੀ ਪ੍ਰਧਾਨ ਸਾਹਿਬ ਨੇ ਵੀ ਉਹ ਚੈੱਕ ਕੀਤਾ, ਸਾਰਾ ਠੀਕ ਸੀ। ਪਰ ਮੈਨੂੰ ਲੱਗਦਾ ਹੈ ਆਪਣੀ ਸਿਆਸਤ ਚਮਕਾਉਣ ਲਈ ਅਕਾਲੀ ਦਲ ਇਹ ਸਾਰਾ ਕੁਛ ਖੇਡ ਖੇਡ ਰਿਹਾ। ਔਰ ਬੀਬੀ ਜੀ ਨੂੰ ਮੈਂ ਇਹ ਵੀ ਪੁੱਛਦਾ ਨਾਲ ਦੀ ਨਾਲ, ਹਮੇਸ਼ਾ ਜਦੋਂ ਫੰਕਸ਼ਨ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਜਿੰਨੀ ਜਗ੍ਹਾ ਦੀਵਾਨ ਹਾਲ ਜਾਂ ਸਾਰੇ ਉੱਥੇ ਹੋਣਗੇ ਫੰਕਸ਼ਨ, ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ, ਕੈਪਟਨ ਅਮਰਿੰਦਰ ਸਿੰਘ ਜੀ ਵੀ ਉਹਨਾਂ ਫੰਕਸ਼ਨਾਂ ਦੇ ਵਿੱਚ ਹਾਜ਼ਰੀ ਭਰਨਗੇ, ਜਾਣਗੇ, ਨਤਮਸਤਕ ਹੋਣਗੇ। ਔਰ ਜਿਹੜੇ ਵੀ ਕਦੀ ਵੀ ਜਿਹੜੇ ਬਾਹਰ ਪ੍ਰੋਗਰਾਮ ਹੋਏ ਆ ਜਿੰਨੇ ਵੀ ਏਰੀਏ ਤੋਂ, ਉਹ ਸਰਕਾਰ ਦੇ ਹੋਏ, ਚਾਹੇ ਅਕਾਲੀ ਦਲ ਦੀ ਸਰਕਾਰ ਵੀ ਹੋਈ ਆ, ਚਾਹੇ ਪੰਜਾਬ ਸਰਕਾਰ ਹੋਈ ਆ ਕਾਂਗਰਸ ਦੀ। ਇਹ ਅੱਜ ਗੁਰੂ ਨਾਨਕ ਸਾਹਿਬ ਦਾ ਜਿਹੜਾ ਦਿਹਾੜਾ ਮਨਾਉਣਾ, ਇਹਦੇ 'ਚ ਕੋਈ ਕਾਂਗਰਸ, ਅਕਾਲੀ, ਹੋਰ ਪਾਰਟੀਆਂ ਦਾ ਨਹੀਂ, ਇਹ 'ਚ ਨਿਰੋਲ ਜਿਹੜਾ ਸਾਡੇ ਗੁਰੂ ਸਾਹਿਬ ਦਾ ਪਵਿੱਤਰ ਜਿਹੜਾ ਦਿਹਾੜਾ ਆ ਰਿਹਾ ਉਹ ਮਨਾਉਣ ਲਈ ਸਭ ਇੱਕ ਆ। ਔਰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ, ਜੇ ਕਹਿੰਦੇ ਵੀ ਜਿਹੜੀ ਸਟੇਡੀਅਮ ਦੇ ਵਿੱਚ ਸਟੇਜ ਲੱਗ ਰਹੀ ਆ ਉਹ ਐਸ ਜੀ ਪੀ ਸੀ ਦੀ ਸਟੇਜ ਆ, ਨਰੋਲ ਧਾਰਮਿਕ ਆ, ਅਤੇ ਉਹਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਸਟੇਜ 'ਤੇ ਅਕਾਲੀ ਦਲ ਦਾ ਕੋਈ ਨੁਮਾਇੰਦਾ, ਕੋਈ ਉਹਦਾ ਪ੍ਰਧਾਨ ਜਾਂ ਕੋਈ ਉਹ ਬਹਿਣਗੇ? ਇਹ ਜਿਹੜਾ ਬਿਲਕੁਲ ਗੱਲਾਂ ਜਿਹੜੀਆਂ ਬਗੈਰ ਸਿਰ ਪੈਰ ਦੇ ਆ, ਸਿਰਫ ਅਤੇ ਸਿਰਫ ਜੋ ਲੱਗ ਰਿਹਾ, ਕਿਉਂ ਦੇਖੋ ਸਾਰਾ ਸਿਸਟਮ ਠੀਕ ਚੱਲ ਰਿਹਾ ਸੀ। ਔਰ ਇਹਦੇ ਵਿੱਚ ਸਾਰੀ ਦੁਨੀਆ ਨੂੰ ਪਤਾ, ਸਾਰੇ ਲੋਕਾਂ ਨੂੰ ਪਤਾ ਵੀ ਇਹ ਜਿੱਦਾਂ ਘਿਓ ਪਾਉਣ ਦਾ ਕੰਮ ਕੀਤਾ, ਤਾਂ ਇਹ ਨਹੀਂ ਸੀ ਚਾਹੀਦਾ। ਮੈਨੂੰ ਤਾਂ ਜੋ ਇਹਦੇ ਪਿੱਛੇ ਲੱਗਦਾ, ਜੋ ਇਹਨਾਂ ਦੀ ਵਿੱਚੋਂ ਰਿਪੋਰਟ ਆਉਂਦੀ ਆ ਵੀ ਇਹ ਅੱਗੇ ਇਲਾਕੇ ਇਸ ਤੋਂ ਬਾਅਦ ਐਸ ਜੀ ਪੀ ਸੀ ਦੀ ਪ੍ਰਧਾਨਗੀ ਬੀਬੀ ਜਗੀਰ ਕੌਰ ਜੀ ਜਿਹੜੀ ਆ ਉਹ ਬਾਦਲਪੁਰਾ ਨੇ ਦੇਣੀ ਆ, ਉਹਦੇ ਲਈ ਇਹ ਸਾਰਾ ਕੰਮ ਕਰ ਰਿਹਾ। ਕਪੂਰਥਲਾ ਤੋਂ ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।